नवे खेती कानून लागू होने करके किसानों का संघर्ष लगभग 45 दिनों तक पहुँच गया है। तो पंजाब का हर किसान ते किसान जथेबंदियां डट के इन्हां कानूनों के विरुद्ध खड़िया हैं, ते जिसते चलदे टोल प्लाजे ते रेलां रोकिया गई। भारतीय किसान यूनियन कादियां दी अज लुधियाना के गुरद्वारा सराबा नगर विच अहम बैठक हुई, जिस विच 26 ते 27 नवंबर नूं दिल्ली नूं घेरन दीआं तैयारियां बारे रणनीति तैयार की गई। ਉਹ ਆਪਣੇ ਰਵਾਇਤੀ ਸੰਦਾਂ ਨਾਲ ਦਿੱਲੀ ਵੱਲ ਕੂਚ ਕਰਨਗੇ ਤੇ ਅਗਰ ਕਿਤੇ ਉਹਨਾਂ ਨੂੰ ਰੋਕਿਆ ਗਿਆ ਤਾਂ ਉੱਥੇ ਹੀ ਚੱਕਾ ਜਾਮ ਕਰਨਗੇ। ਤੇ ਅਗਲੀ ਰਣਨੀਤੀ 18 ਤਾਰੀਖ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੀ ਬੈਠਕ ਤੋਂ ਬਾਅਦ ਤੈਅ ਕੀਤੀ ਜਾਵੇਗੀ। ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸੰਘਰਸ਼ ਵਿੱਚ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਖੜੀਆਂ ਨੇ ਤੇ ਹੁਣ ਵੱਡੀ ਪੱਧਰ ਤੇ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ ਤੇ ਉਹ ਤਦ ਤੱਕ ਸੰਘਰਸ਼ ਕਰਨਗੇ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ। ਜਿਹਦੀ ਇੱਥੇ ਭਾਰਤ ਕਿਸਾਨ ਯੂਨੀਅਨ ਕਾਦੀਆਂ ਦੀ ਪੰਜਾਬ ਪੱਧਰੀ ਮੀਟਿੰਗ ਹੋਈ ਜਿੱਥੇ ਸਾਰੇ ਜ਼ਿਲ੍ਹਾ ਪ੍ਰਧਾਨ ਜਨਰਲ ਸੈਕਟਰੀ ਸ਼ਾਮਿਲ ਹੋਏ ਅਤੇ ਇਹ ਜਿਹੜੀ 26-27 ਨੂੰ ਪੰਜਾਬ ਹਰਿਆਣਾ ਦਿੱਲੀ ਦਾ ਘਿਰਾਓ ਦੱਸਿਆ ਗਿਆ, ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਕੁੱਲ ਹਿੰਦ ਵੱਲੋਂ ਇਹ ਜਿਹੜੀਆਂ ਜਥੇਬੰਦੀਆਂ 350 ਜਥੇਬੰਦੀਆਂ ਉਹਨਾਂ ਦਾ ਐਲਾਨ ਆ, ਉਹਨੂੰ ਫੁੱਲ ਚਾੜਨ ਵਾਸਤੇ ਉਹਦਾ ਸੰਘਰਸ਼ ਤੇਜ਼ ਕਰਨ ਵਾਸਤੇ ਅਤੇ ਤਿਆਰੀ ਕਰਨ ਵਾਸਤੇ ਇੱਥੇ ਮੀਟਿੰਗ ਕੀਤੀ ਗਈ ਵੀ ਕਿਵੇਂ ਘਿਰਾਓ ਕੀਤਾ ਜਾਊਗਾ। ਸਾਰਿਆਂ ਨੇ ਭਰਪੂਰ ਰੂਪ ਦੇ ਵਿੱਚ ਕਿਹਾ ਵੀ ਕਿਸਾਨਾਂ 'ਚ ਪੂਰਾ ਜੋਸ਼ ਆ ਅਤੇ ਟਰੈਕਟਰ ਟਰਾਲੀਆਂ ਜਿਹੜਾ ਸਾਡਾ ਇੱਕ ਸਿੰਬਲ ਹੁੰਦਾ ਉਹਦੇ 'ਤੇ ਅਸੀਂ ਜਾ ਕੇ ਦਿੱਲੀ ਦਾ ਘਿਰਾਓ ਕਰਾਂਗੇ। ਇੱਕ ਟਰਾਲੀ ਇੱਕ ਟਰੈਕਟਰ ਦੇ ਪਿੱਛੇ ਦੋ ਦੋ ਟਰਾਲੀਆਂ ਲਾ ਕੇ ਇੱਕ 'ਚ ਰਾਸ਼ਨ ਅਤੇ ਇੱਕ 'ਚ ਆਪਦੀ ਸੰਗਤ ਬਿਠਾ ਕੇ ਅਸੀਂ ਵੱਡੇ ਰੂਪ ਦੇ ਵਿੱਚ ਹਜ਼ਾਰਾਂ ਟਰੈਕਟਰ ਲੈ ਕੇ ਜਾ ਕੇ ਅਤੇ ਲੱਖਾਂ ਕਿਸਾਨ ਦਿੱਲੀ ਵੱਲ ਵੱਧ ਕੇ ਅਤੇ ਉਹਨੂੰ ਦਿੱਲੀ ਦਾ ਘਿਰਾਓ ਕਰਕੇ ਪੱਕਾ ਰੂਪ ਜਦ ਤੱਕ 3 ਲਾਅ ਵਾਪਸ ਨਹੀਂ ਕੀਤੇ ਅਤੇ 2 ਆਰਡੀਨੈਂਸ ਜਿਹੜਾ ਇੱਕ ਨਵਾਂ ਦੇਤਾ ਹੁਣ ਇਹਨਾਂ ਨੇ ਪਰਾਲੀ ਦੇ ਉੱਤੇ 1 ਕਰੋੜ ਰੁਪਏ ਜੁਰਮਾਨਾ ਅਤੇ 5 ਸਾਲ ਦੀ ਕੈਦ ਅਤੇ ਇੱਕ ਜਿਹੜਾ 2020 ਬਿਜਲੀ ਐਕਟ ਆ ਆਰਡੀਨੈਂਸ ਦੇ ਰੂਪ 'ਚ ਹੀ ਆ ਵੀ ਉਹ ਜਦ ਤੱਕ ਵਾਪਸ ਨਹੀਂ ਦਿੱਤਾ ਜਾਂਦਾ ਜਦ ਤੱਕ। ਅਸੀਂ ਰਾਮਲੀਲਾ ਗਰਾਊਂਡ ਦੇ ਵਿੱਚ ਪਰਮਿਸ਼ਨ ਲਿੱਤੀ ਸੀ, ਪਹਿਲਾਂ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ, ਉਸ ਤੋਂ ਬਾਅਦ ਜਦੋਂ ਸਾਡੀ ਮੀਟਿੰਗ ਕੱਲ੍ਹ ਬੇਸਿੱਟਾ ਰਹੇਗੀ ਪਰਸੋਂ ਵਾਲੀ 13 ਤਰੀਕ ਵਾਲੀ, ਉਸ ਤੋਂ ਬਾਅਦ ਸਾਡੀ ਪਰਮਿਸ਼ਨ ਵੀ ਉਹਨਾਂ ਨੇ ਕੈਂਸਲ ਕਰਤੀ। ਹੁਣ 18 ਤਰੀਕ ਨੂੰ ਇਹਦਾ ਅਗਲਾ ਰੂਪ ਜਿਹੜਾ 30 ਜਥੇਬੰਦੀਆਂ ਬੈਠ ਕੇ ਚੰਡੀਗੜ੍ਹ ਕਿਸਾਨ ਭਵਨ 'ਚ ਲਿਖਣਗੀਆਂ। ਉਹਨਾਂ ਨੇ ਸਾਨੂੰ ਤਿਆਰੀ ਕਰਨ ਨੂੰ ਕਿਹਾ ਵੀ ਬਾਕੀ ਜਥੇਬੰਦੀਆਂ ਸਾਰੀਆਂ ਤਿਆਰ ਰਹਿਣ, ਉਹਦੀ ਤਿਆਰੀ ਦੇ ਰੂਪ ਦੇ ਵਿੱਚ ਅੱਜ ਸਪੈਸ਼ਲ ਮੀਟਿੰਗ ਕੀਤੀ ਗਈ ਵੀ ਭਾਰਤ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਜਿਹੜਾ ਯੋਗਦਾਨ ਪਾਇਆ ਜਾਊ 30 ਜਥੇਬੰਦੀਆਂ ਦੇ ਵਿੱਚ ਉਹਦੀ ਤਿਆਰੀ ਬਾਰੇ ਆਪ ਬਾਤ ਕੀਤੀ ਗਈ। ਹੁਣ ਦਿੱਲੀ ਚਲੋ ਉਹਦਾ ਨਾਰਾ ਦਿੱਤਾ ਵੀ ਜਿੱਥੇ ਦੇ ਰੁਕਣਗੇ ਉੱਥੇ ਹੀ ਰੁਕ ਜਾਵਾਂਗੇ। ਸਾਡਾ ਹਰ ਰੂਪ ਦੇ ਵਿੱਚ ਹੈਗੀ ਆ। ਬੰਗਲਾ ਸਾਹਿਬ ਗੁਰਦੁਆਰੇ ਦੇ ਬਾਹਰ 26 ਤਰੀਕ ਨੂੰ ਤਕਰੀਬਨ 18 ਤਰੀਕ ਨੂੰ ਫੈਸਲਾ ਹੋਣਾ ਵੀ ਕਿੱਥੇ ਇਕੱਠਾ ਹੋਣਾ, ਉੱਥੇ ਇਕੱਠਾ ਕੱਤ ਕੀਤਾ ਜਾਊਗਾ। ਜਿਹੜੇ ਟਰੈਕਟਰ ਟਰਾਲੀਆਂ ਹੀ ਤੁਰਨਗੇ ਕਿਸਾਨ ਉਹ ਜਿੱਥੇ ਵੀ ਰੋਕੇ ਜਾਣਗੇ ਉੱਥੇ ਹੀ ਸੜਕਾਂ ਜਾਮ ਕੀਤੀ ਜਾਣਗੀਆਂ।